ਪਿਆਰ 'ਚ ਪਏ ਲੜਕਾ ਲੜਕੀ ਵੱਲੋਂ ਜਨਮ ਜਨਮ 'ਤੇ ਇਕੱਠੇ ਮਰਨ ਦੀਆਂ ਕਸਮਾਂ ਖਾਈਆਂ ਜਾਂਦੀਆਂ ਨੇ। ਇਸ ਦੇ ਆਸਰੇ ਹੀ ਇਸ ਪ੍ਰੇਮੀ ਦੀ ਗੱਲ ਵਿਆਹ ਤੱਕ ਪਹੁੰਚਦੀ ਹੈ, ਪਰ ਜਦੋਂ ਵਿਆਹ ਦੌਰਾਨ ਦੋਵਾਂ 'ਚੋਂ ਇੱਕ ਜਣਾ ਵੀ ਨਾ ਪਹੁੰਚੇ ਤਾਂ ਇਸ ਦਾ ਹਾਲ ਤਾਂ ਉਹੀ ਦੱਸ ਸਕਦਾ ਹੈ ਜਿਸ ਨਾਲ ਬੀਤੀ ਹੋਵੇ। ਅੱਜ ਤੁਹਾਨੂੰ ਅਸੀਂ ਅਜਿਹੀ ਹੀ ਘਟਨਾ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ ਜੋ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ, ਜਿਸ 'ਚ ਆਸ਼ਕ ਵੱਲੋਂ ਆਪਣੀ ਪ੍ਰੇਮਿਕਾ ਨਾਲ ਵਿਆਹ ਦਾ ਦਿਨ ਤਾਂ ਰੱਖ ਲਿਆ ਗਿਆ ਪਰ ਵਿਆਹ ਦੌਰਾਨ ਮੰਡਪ 'ਚ ਨਾ ਪਹੁੰਚਿਆ। ਲਾੜੀ ਆਪਣੇ ਦੁੱਲੇ ਦੀ ਉਡੀਕ ਕਰਦੀ ਰਹੀ, ਜਿਸ ਤੋਂ ਬਾਅਦ ਸਾਰਾ ਮਾਮਲਾ ਥਾਣੇ 'ਚ ਪਹੁੰਚਿਆ। ਪੀੜਤ ਲੜਕੀ ਦਾ ਕਹਿਣਾ ਕਿ ਇਸ ਨਾਲ ਮੇਰੇ 7 ਸਾਲ ਤੋਂ ਪ੍ਰੇਮ ਸੰਬੰਧ ਸੀ ਅਤੇ ਦੋਨੋਂ ਪਰਿਵਾਰ ਵੀ ਵਿਆਹ ਲਈ ਮੰਨ ਗਏ ਸੀ। ਘਟਨਾ ਨਾਲ ਪਹਿਲਾਂ ਗੱਲਬਾਤ ਚੱਲਦੀ ਸੀ ਅਤੇ ਉਹ ਇੱਕ ਦੂਜੇ ਨਹੀਂ ਪਾ ਜਾਂਦੇ, ਇਹਨਾਂ ਦੀ ਰਜਾਮੰਦੀ ਦੇ ਨਾਲ ਅਸੀਂ ਸਾਡੀ ਮੰਨ ਗਏ ਹਾਂ। ਸਾਡੇ ਉਹ ਪ੍ਰੋਗਰਾਮ ਰਿਸ਼ਤੇ ਰਾਤ ਵੀ ਕੀਤੇ ਹੈ ਅਤੇ ਉਹ ਸਵੇਰੇ ਹੁਣ ਅਸੀਂ ਹੋਟਲ ਵੀ ਬੁੱਕ ਕਰਾਏ ਦਾ ਸੀ, ਹਾਂਜੀ, ਅਤੇ ਸਵੇਰੇ ਦਾ ਪ੍ਰੋਗਰਾਮ ਵੀ ਮੁੜ ਕੇ ਮੁੰਡਾ ਨਹੀਂ ਆ ਰਿਹਾ ਹੈਗਾ ਅਤੇ ਅਸੀਂ ਉੱਥੇ ਕਾਫੀ ਰਿਸ਼ਤੇਦਾਰ ਸਾਡੇ ਦੇ ਭੈਣ ਭਰਾ ਇੱਜ਼ਤ ਤਾਂ ਆ ਰਿਹਾ, ਸਾਰੇ ਤੋਂ ਕੋਈ ਆ ਰਿਹਾ, ਅਸੀਂ 11 ਵਜੇ ਤੋਂ ਵੇਟ ਕਰ ਰਹੇ ਹਾਂ। ਕਹਿੰਦੇ ਕੋਈ ਮੁੰਡਾ ਫੋਨ ਨਹੀਂ ਚੁੱਕ ਰਿਹਾ, ਆ ਨਹੀਂ ਰਿਹਾ, ਕੋਈ ਇਹ ਕੁਛ ਗੱਲ ਕਰ ਰਹੇ ਨੇ, ਕੋਈ ਅਸੀਂ ਦੇਖ ਰਹੇ, ਅਸੀਂ ਆ ਕੇ ਰਿਪੀਸ਼ ਰਿਪੋਰਟ ਵੀ ਲੱਗੇ ਹਾਂ, ਹਾਂਜੀ, ਅਤੇ ਇਹੋ ਕੁਛ ਹੋਣਾ ਜੇ ਅਸੀਂ ਆ ਰਿਹਾ ਸਭ ਮੰਡੇ ਬਸੇ ਪੰਡਿਤ ਜੀ ਨੂੰ ਸਭ ਕੁਛ ਪਤਾ, ਬਾਕੀ ਸਾਹਿਬਜ਼ਾਦੇ ਨੂੰ ਪਤਾ, ਉਹਨੇ ਗੁਣੀ ਉੱਥੋਂ ਪਤਾ ਗਿਆ, ਇਹਨਾਂ ਦੀ ਪਹਿਲਾਂ ਚੱਲਦੀ ਪਈ ਗੁਫ਼ਤਗੂ। ਫੋਨ ਨਹੀਂ, ਗੱਲ ਹੀ ਨਹੀਂ ਕਰ ਰਿਹਾ, ਕਹਿੰਦਾ ਮੈਨੂੰ ਡੱਕਿਆ ਦਾ, ਕਹਿੰਦੇ ਮੈਂ ਬਾਹਰ ਨਹੀਂ ਆ ਸਕਦਾ ਹੈਗਾ, ਮੁੰਡਾ ਫੋਨ ਨਹੀਂ ਚੁੱਕ ਰਿਹਾ, ਬਾਕੀ ਤਾਂ ਦੱਸਿਆ ਕਿਸੇ ਨੇ। ਮੇਰੀ ਸਿਸਟਰ ਨਾਲ ਗੱਲ ਇਹ ਹੋਈ ਹੈ ਕਿ ਸਾਰਾ ਕੁਛ ਸਹੀ ਚੱਲਦਾ ਆ ਰਿਹਾ ਸੀ, ਅਸੀਂ ਸਾਰੇ ਖੁਸ਼ ਸੀ, ਮੁੰਡਾ ਵੀ ਖੁਸ਼ ਸੀਗਾ ਅਤੇ ਸ਼ਗਨ ਹੋਇਆ, ਰਸਮਾਂ ਸ਼ੁੱਕਰਵਾਰ ਤੇਲ ਚਾੜਿਆ ਆ, ਇਹਨੂੰ ਮੁੰਡੇ ਨੂੰ ਵੀ ਚਾੜਿਆ, ਕੁੜੀ ਨੂੰ ਵੀ ਚਾੜਿਆ ਆ, ਸੋਨਾ ਬਣਾਏ ਦਾ ਸਾਰਾ ਹਰ ਇੱਕ ਚੀਜ਼ ਸ਼ੋਪਿੰਗ। ਦੀਦੀ ਮੈਂ ਸਮਾਨ ਨਹੀਂ ਖਰੀਦ ਸਕਦਾ, ਤੁਸੀਂ ਆਪੇ ਸਮਾਨ ਸਮੂਨ ਲੈ ਕੇ ਆਓ। ਆਪਣੇ ਹੱਥੀਂ ਮੁੰਡੇ ਦਾ ਸਾਰਾ ਕੁਛ ਲੈ ਕੇ ਮੈਨੂੰ ਨਾਲ ਗਿਆ, ਖਰੀਦ ਕੇ ਸਾਰਾ ਕੁਛ ਮੈਂ ਰੱਖਿਆ ਆ ਅਤੇ ਕਹਿੰਦਾ ਦੀਦੀ ਸਵੇਰੇ, ਮੈਂ ਕਿਹਾ ਸਵੇਰੇ ਫਿਰ ਹੁਣ ਬਰਾਤ ਆ, ਜਦੋਂ ਟਾਈਮ ਆ ਮੰਦਰ 'ਚ ਫੇਰੇ ਕਰਨਾ ਆ ਤਾਂ ਤੂੰ ਟਾਈਮ ਸਿਰ ਆ ਜਾਈਂ, ਨਹੀਂ ਤਾਂ ਘਰ ਹੀ ਸਾਡੇ ਰਹਿ ਲਾ। ਕਹਿੰਦਾ ਨਹੀਂ ਦੀਦੀ ਮੈਂ ਨਹਾ ਕੇ ਅਤੇ ਆ ਗਿਆ ਬਸ। ਅਸੀਂ ਆਪਣੇ ਰਿਸ਼ਤੇਦਾਰ ਸਾਰੇ ਵਗੈਰਾ ਸੱਦ ਲਏ, ਕੁੜੀ ਨੂੰ ਤਿਆਰ ਕਰਕੇ ਲਿਆਏ ਅਤੇ ਹੁਣ ਮੌਕੇ 'ਤੇ ਆ ਕੇ ਫੋਨ ਨਹੀਂ ਚੁੱਕਦਾ ਪਿਆ, ਬਾਕੀ ਉਹਦੇ ਘਰ ਦੇ ਵੀ ਨਹੀਂ ਫੋਨ ਚੁੱਕ ਰਹੇ। ਇਹਨਾਂ ਦੀ ਇਹਨਾਂ ਦਾ ਰਿਲੇਸ਼ਨ ਚੱਲਦਾ ਰਿਹਾ 7 ਸਾਲ, ਠੀਕ ਹੈ, ਫਿਰ ਜਦੋਂ ਪੇਰੈਂਟਸ ਨੂੰ ਪਤਾ ਚੱਲੇ ਬੱਚੇ ਨਹੀਂ ਬਾਜ਼ ਆ ਰਹੇ ਤਾਂ ਫਿਰ ਤਾਂ ਰਜ਼ਾਮੰਦੀ ਨਾਲ ਕਰਨਾ ਚਾਹੀਦਾ ਨਾ, ਅਤੇ ਉਹਦੇ ਮਾਂ ਪਿਓ ਨੂੰ ਵੀ ਪਤਾ ਆ, ਉਹਦੀ ਭੈਣ ਨੂੰ ਵੀ ਪਤਾ, ਮਾਮਿਆਂ ਨੂੰ, ਸਾਰਿਆਂ ਨੂੰ ਪਤਾ, ਲੇਕਿਨ ਉਹ ਮੰਨਦੇ ਹੀ ਨਹੀਂ ਪਏ। ਹੁਣ ਉਹ ਕੋਈ ਜਵਾਬ ਵਗੈਰਾ ਨਹੀਂ ਦੇ, ਜਿੱਥੇ ਮੁੰਡਾ ਸੱਦਦਾ ਰਿਹਾ ਉੱਥੇ ਉਹ ਜਾਂਦੀ ਰਹੀ ਹੈ ਅਤੇ ਹੁਣ ਇੱਥੇ ਆ ਕੇ ਸਾਨੂੰ ਮੌਕੇ 'ਤੇ ਆ ਕੇ ਇੱਦਾਂ ਦਾ ਕਰੇ ਕਰਦਾ ਅਤੇ ਹੁਣ ਦੱਸੋ ਅਸੀਂ ਕੀ ਕਰੀਏ। ਹੁਣ ਘਟਨਾ ਹੋਈ ਹੈ ਕਿ ਮੈਰਿਜ ਸੀ ਸਾਡੀ ਅੱਜ, ਅਤੇ ਮਤਲਬ ਕਿ ਸਾਰਾ ਕੁਛ ਮੰਨੇ ਦਾ ਸੀ, ਮਤਲਬ ਕਿ ਫੋਨ 'ਤੇ ਗੱਲਬਾਤ ਸਾਰੀ ਕੁਛ ਸਹੀ ਹੋ ਰਹੀ, ਸਾਰੀਆਂ ਰਸਮਾਂ ਹੋਈਆਂ, ਕੱਲ੍ਹ ਤੇਲ ਵਗੈਰਾ ਸਾਰਾ ਚੜਿਆ, ਘਰ ਆਇਆ, ਕੱਪੜੇ ਕੱਲ੍ਹ ਲਿਆ ਕੇ ਦਿੱਤੇ, ਸਾਰਾ ਕੁਛ ਪਰੂਫ ਵੀ ਹੈਗਾ, ਮੇਰੇ ਕੋਲ ਫੋਟੋਆਂ ਵੀ ਹੈਗੀਆਂ, ਸਾਰਾ ਕੁਛ ਹੈਗਾ। ਹੁਣ ਵੀ ਮੈਨੂੰ ਸਵੇਰੇ ਫੋਨ ਆਇਆ ਕਿ ਮੈਂ ਆ ਜੂੰਗਾ, ਤੂੰ ਟੈਨਸ਼ਨ ਨਾ ਲੈ, ਅਤੇ ਬਾਅਦ ਵਿੱਚ ਹੁਣ ਇਹ ਹੋ ਗਿਆ ਕਿ ਹੁਣ ਅਸੀਂ ਇੱਥੇ ਆਇਆ ਅਤੇ ਇੱਥੇ ਉਹ ਆਇਆ ਅਤੇ ਉਸ ਤੋਂ ਬਾਅਦ ਫੋਨ ਚੱਕੇ ਨਹੀਂ ਕਰਦਾ ਮੇਰਾ, ਰਿਸੀਵ ਨਹੀਂ ਕਰੇ ਕਰਦਾ। ਸਾਡੀ ਲਵ ਮੈਰਿਜ ਹੈ, ਮਤਲਬ ਕਿ ਘਰ ਦੇ ਬਣਾਏ ਆ, ਪਹਿਲਾਂ ਉਹਦੀ ਸਿਸਟਰ ਵੀ ਮੈਨੂੰ ਮਿਲਦੀ ਗਿਲਦੀ, ਉਹਦੀ ਮੰਮੀ ਨੂੰ ਸਾਰਾ ਕੁਛ ਪਤਾ, ਮੈਂ ਘਰ ਜਾਂਦੀ ਰਹੀ ਹਾਂ, ਬਾਹਰ ਚਲ ਗਏ ਰਹੀ ਨਾ, ਹੁਣ ਆਇਆ, ਉਸ ਤੋਂ ਬਾਅਦ ਸਾਰਾ ਕਰਵਾ ਚੌਥ ਦਾ ਸਮਾਨ ਮੈਨੂੰ ਸਾਰਾ ਕੁਛ ਦਿੰਦੇ ਰਹੇ ਆ, ਸਾਰਾ ਕੁਛ ਪਤਾ, ਉਹਦੀ ਸਿਸਟਰ ਦੀਆਂ ਫੋਟੋਆਂ ਵੀ ਹੈਗੀਆਂ ਮੇਰੇ ਨਾਲ, ਸਾਰਾ ਕੁਛ ਆ ਮੇਰੇ ਨਾਲ। ਮੇਰਾ 7 ਸਾਲ ਹੋ ਗਿਆ, 7 ਸਾਲ ਤੋਂ ਬਾਅਦ ਇਹਨੇ ਆਪਣੇ ਘਰਦਿਆਂ ਨੂੰ ਵੀ ਕਿਹਾ ਕਿ ਮੈਰਿਜ ਕਰਾਉਣੀ ਆ, ਸਾਰਾ ਕੁਛ ਪਤਾ, ਇਹਦੀ ਮੰਮੀ ਨੂੰ ਸਾਰਾ ਪਤਾ, ਇਹਦੀ ਸਿਸਟਰ ਨੂੰ ਵੀ ਸਾਰਾ ਪਤਾ, ਬਸ ਇਹਦੇ ਚਾਚਾ ਹੀ ਨਹੀਂ ਮੰਨਦੇ ਪਏ, ਬਾਕੀ ਸਾਰੇ ਮੰਨਦੇ, ਮਾਮਾ ਜੀ ਨੂੰ ਵੀ ਪਤਾ, ਇਹਦੀ ਮਾਮੇ ਦੇ ਘਰ ਵੀ ਮੈਂ ਗਈ ਹਾਂ 2-3 ਵਾਰੀ, ਇਹਦੀ ਨਾਨੀ ਨੂੰ ਵੀ ਪਤਾ, ਸਾਰਿਆਂ ਨੂੰ ਪਤਾ ਮੇਰੇ ਵੱਲੋਂ, ਪਰ
ਇਹ ਮੁੰਡਾ ਮੰਨਦਾ ਮੁੰਡੇ ਨੂੰ ਆਉਣ ਨਹੀਂ ਦੇ ਕਰਦੇ ਹੈਗੇ। ਮੇਰੀ ਇਹ ਮੰਗ ਹੈ ਕਿ ਮੈਂ ਉਹ ਵਿਆਹ ਕਰਵਾਉਣਾ ਉਹਦੇ ਨਾਲ ਹੀ ਕਰਵਾਉਣਾ, ਉਹਨੂੰ ਇੱਥੇ ਆਉਣਾ ਚਾਹੀਦਾ। ਕਹਿੰਦਾ ਤਾਂ ਇਹ ਕਿ ਮੈਂ ਆ ਜਾਊਂਗਾ, ਤੂੰ ਟੈਨਸ਼ਨ ਨਾ ਲੈ। ਉਸ ਤੋਂ ਬਾਅਦ ਉਹਦਾ ਫੋਨ ਹੀ ਲੱਗ, ਉਹਦੇ ਬ੍ਰਦਰ ਨਾਲ ਗੱਲ ਹੋਈ ਆ, ਕਹਿੰਦਾ ਪਿਆ ਕਿ ਮੇਰੀ ਗਰੰਟੀ ਆ, ਸਾਡੀ ਗਰੰਟੀ ਆ, ਅਸੀਂ ਮੁੰਡੇ ਨੂੰ ਨਹੀਂ ਭੇਜਣਾ। ਮੈਨੂੰ ਸਵੇਰ ਦੀ 11 ਵਜੇ ਦੀ ਡਿੱਗਣੀ ਆ, ਮੈਂ ਹਾਂਜੀ ਕੀਤਾ ਸੀ। ਪੁਲਿਸ ਵਾਲੇ ਕਹਿੰਦੇ ਕਾਰਵਾਈ ਕੀਤੀ ਜਾਏਗੀ। ਮੇਰੀ ਮੰਗ ਹੈ ਕਿ ਉੱਥੇ ਆ ਕੇ ਮੈਂ ਵਿਆਹ ਕਰਾਏ ਹੁਣੇ ਇਸੇ ਟਾਈਮ। ਮਾਂ ਪਿਓ ਦੀ ਬੇਇੱਜ਼ਤੀ ਹੋਣੀ, ਮੇਰੇ ਸਾਰੇ ਘਰਦਿਆਂ ਦੀ ਬੇਇੱਜ਼ਤੀ ਹੋਣੀ ਹੈ, ਬਸ ਮੇਰੀ ਵੀ ਜ਼ਿੰਦਗੀ ਖਰਾਬ ਹੋ ਰਹੀ ਹੈ। ਪੁਲਿਸ ਦਾ ਕਹਿਣਾ ਕਿ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ। ਸਾਡੇ ਕੋਲ ਕੰਪਲੇਂਟ ਆਈ ਹੈ ਕਿ ਦੀਪਿਕਾ ਆ ਡਾਟਰ ਆਫ ਨੀਲਮ ਕੁਮਾਰ ਨੰਗਲਪੁਰ ਜੀ ਦੇ, ਅਤੇ ਇਹ ਲੜਕੀ ਦੀ ਅੱਜ ਸ਼ਾਦੀ ਸੀਗੀ, ਕੱਲ੍ਹ ਇਹਨਾਂ ਦੀ ਦੂਜੀ ਰਸਮ ਵਗੈਰਾ ਸਾਰੀ ਹੋ ਚੁੱਕੀ ਸੀ। ਇਹ ਕਹਿੰਦੇ ਕਿ ਜਿਹੜੇ ਲੜਕੇ ਵਾਲੇ ਅੱਜ ਸ਼ਾਦੀ 'ਤੇ ਦਿੱਤੇ ਉਹ ਟਾਈਮ 'ਤੇ ਉੱਥੇ ਪਹੁੰਚੇ ਹੈਗੇ ਗੀਤਾ ਭਵਨ ਮੰਦਿਰ 'ਚ, ਇਹਨਾਂ ਦਾ ਅੱਜ ਸ਼ਾਦੀ ਦਾ ਪ੍ਰੋਗਰਾਮ ਸੀਗਾ, ਅਤੇ ਲੜਕੇ ਵੱਲੋਂ ਜਿਹੜਾ ਕੋਈ ਵੀ ਆਇਆ ਨਹੀਂ, ਨਾ ਲੜਕਾ ਨਾ ਕੋਈ ਮੈਸੇਜ ਆਇਆ ਉਹਨਾਂ ਦਾ, ਤਾਂ ਨਾ ਹੀ ਕੋਈ ਉਹਨਾਂ ਦਾ ਹੁਣ ਫੋਨ ਵਗੈਰਾ ਵੀ ਚੁੱਕ ਰਿਹਾ। ਅਤੇ ਇਹਨਾਂ ਨੂੰ ਇਹੀ ਆ ਕਿ ਸਾਡੇ ਨਾਲ ਇਹਨਾਂ ਨੇ ਜਿਹੜਾ ਵਾ ਕੋਈ ਧੋਖਾ ਜਾਂ ਕੁਛ ਕੀਤਾ ਹੈ, ਉਹ ਵੈਰੀਫਾਈ ਕਰਨ ਡਿਆ, ਜੋ ਵੀ ਇਹਨਾਂ ਨੇ ਬਾਕੀ ਸਟੇਟਮੈਂਟ ਲੈ ਰਹੇ ਆ ਅਤੇ ਉਹਦੇ ਅਕੋਰਡਿੰਗਲੀ ਜੋ ਬਣਦੀ ਕਾਰਵਾਈ ਕਰਾਂ। ਜਿਹੜੀ ਉਹ ਪ੍ਰਾਈਮਰੀਲੀ ਸਾਨੂੰ ਪਤਾ ਲੱਗਾ ਵੀ ਇਹਨਾਂ ਦੇ 5-6 ਸਾਲ ਤੋਂ ਲੜਕੀ ਦਾ ਲੜਕੇ ਨਾਲ ਅਫੇਅਰ ਵਗੈਰਾ ਚੱਲ ਰਿਹਾ ਸੀ, ਅਤੇ ਮੇ ਬੀ ਲੜਕੇ ਦੇ ਘਰ ਵਾਲਿਆਂ ਨੂੰ ਕੋਈ ਓਬਜੈਕਸ਼ਨ ਹੋਵੇ ਸਰ, ਇਸ ਕਰਕੇ ਕੋਈ ਲੜਕੀ ਆ ਉਹ ਨੰਗਲਕੋਟਲੀ ਮਹੱਲੇ ਦੀ ਆ, ਅਤੇ ਜਿਹੜਾ ਲੜਕਾ ਆ ਉਹ ਸੰਗਲਪੁਰਾ ਰੋਡ ਦਾ। ਸਗਨ ਵਗੈਰਾ ਦੀ ਫੋਟੋ ਤਾਂ ਇਹਨਾਂ ਸਾਨੂੰ ਦਿਖਾਈਆਂ ਨੇ, ਫੋਟੋ ਇਹਨਾਂ ਦੇ ਕੋਲ ਹੈਗੀਆਂ ਨੇ ਫੋਨ 'ਚ, ਅਤੇ ਲੜਕਾ ਤਾਂ ਇਹਨਾਂ ਦੇ ਮੁਤਾਬਕ ਲੜਕਾ ਸਹਿਮਤੀ ਹੈ ਅਸੀਂ, ਪਰ ਉਹ ਲੜਕਾ ਇਹਨਾਂ ਦਾ ਫੋਨ ਨਹੀਂ ਚੁੱਕ ਰਿਹਾ ਅਤੇ ਨਾ ਹੀ ਕੋਈ ਆਇਆ ਇਹਨਾਂ 'ਚ। ਹੁਣ ਤੁਸੀਂ ਫਿਰ ਕੰਪਲੇਂਟ ਜਸਟ ਆਈ ਹੈ ਅਤੇ ਵੈਰੀਫਾਈ ਕਰਕੇ ਆਪਾਂ ਜੋ ਵੀ ਬਣਦੀ ਕਾਰਵਾਈ ਕਰਾਂਗੇ ਕਾਨੂੰਨ ਅਨੁਸਾਰ। ਲੜਕੇ ਦੇ ਵਿਆਹ ਵਾਲੇ ਮੰਡਪ 'ਚ ਨਾ ਪਹੁੰਚਣ ਪਿੱਛੇ ਕੀ ਕਾਰਨ ਹੈ, ਇਸ ਦੀ ਜਾਣਕਾਰੀ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗੀ। ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ, ਰੋਜ਼ਾਨਾ ਟਾਈਮਜ਼।